ਵੈਮੀ ਇੱਕ ਮਕਸਦ ਆ ਸਰਵਾਉਣ ਦਾ ਆਇਆ ਤੇਰੇ ਜਿਹੜੇ ਵਿਊਅਰਸ ਹਨ ਨਾ ਉਹਨੇ ਕੋ ਇੱਕ ਤੇਰੇ ਬਾਰੇ ਨਾ ਮੈਂ ਉਹਨੇ ਕੋ ਇੱਕ ਮੈਸੇਜ ਦੇਣਾ ਇਨਸ਼ਾਅੱਲਾ ਤੇਰੇ ਨਾਲ ਰਲਿਉਂ ਤੇ ਮਾਸ਼ਾਅੱਲਾ ਆਈਫੋਨ ਚਾਹੀ ਵਦੂ 125 ਤੇ ਚੜੇ ਵਦੂ ਤੇਰੇ ਮਿਹਰਬਾਨੀ ਹਨ ਸਰ ਠੀਕ ਆ ਜਾ ਡਾ ਵੀਲਰ ਦੇ ਤੱਲੇ ਨਾ ਆਵੂੰ ਅੱਲਾ ਖੈਰ ਕਰੇ ਜੀ ਕਈ ਜਾਂ ਦੋਈ ਹਨ ਤੇ ਕਈ ਜਾਂ ਬਾਦ ਦੋ ਕੇ ਜਿਹੜੇ ਵੇਲੇ ਅਫਗਾਨਿਸਤਾਨ ਇਰਾਕ ਇਰਾਨ ਸ਼ਾਮ ਮਿਸਰ ਇਹਨਾਂ ਮੁਲਕਾਂ ਕਨੇ ਲੋਕ ਜਿਹੜੇ ਕਾਫਲਿਆਂ ਦੀ ਸੂਰਤ ਦੇ ਵਿੱਚ ਆਉਂਦੇ ਹਨ ਉਹ ਇਹੋ ਰਸਤਾ ਹੀ ਯੂਜ਼ ਕਰਦੇ ਆ ਮੈਂ ਅੱਜ ਹੀ ਗੁਜ਼ਾਰਿਸ਼ ਕਰਨਾ ਪਿਆ ਨਾ ਫੇਸਬੁੱਕ ਵਾਲੇ ਦੋਸਤਾਂ ਨੇ ਜਿਹੜੇ ਫੇਸਬੁੱਕ ਪੇਜ ਦੇ ਉੱਤੇ ਬਹਿ ਕੇ ਮੇਰੀਆਂ ਵੀਡੀਓਜ਼ ਦੇਖਦੇ ਹਨ ਹਾਜ਼ਰੀਨ ਅਸਲਾਮ ਅਲੈਕੁਮ ਮੈਂ ਤੁਹਾਡਾ ਪਿਆਰਾ ਦੋਸਤ ਗਫਾਰ ਬੋਗਲਾਨੀ ਤੁਸੀਂ ਯੂਟਿਊਬ ਚੈਨਲ ਲੈਦੇ ਪਿਓ ਸਾਰੇ ਆਪਣੇ ਨਾਂ ਦੇ ਉੱਤੇ ਦੋਸਤੋ ਅੱਜ ਮੇਰੇ ਪੈਸੇ ਦਰਬਾਰ ਹੈ ਹਜ਼ਰਤ ਸਖੀ ਸਰਵਰ ਦੇ ਉੱਤੇ ਹਾਜ਼ਰੀ ਦਿੰਦੇ ਸੇ ਕਾਫੀ ਦਿਮਾਰਾ ਤੀ ਗਨ ਮੈਂ ਦਰਬਾਰ ਹੈ ਹਜ਼ਰਤ ਸਖੀ ਸਰਵਰ ਤੇ ਹਾਜ਼ਰੀ ਕਹਿ ਨਹੀਂ ਦਿੱਤੀ ਤੇ ਜੁਲਦੇ ਸੇ ਦਰਬਾਰ ਹੈ ਹਜ਼ਰਤ ਸਖੀ ਸਰਵਰ ਤੇ ਹਾਜ਼ਰੀ ਵੀ ਦਿੰਦੇ ਸੇ ਨਾਲ ਨਾਲ ਵਾਲਾ ਜਿਹੜਾ ਮਾਹੌਲ ਹੈ ਜਿਹੜੀ ਵੀਡੀਓ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਸਖੀ ਸਰਵਰ ਪਹੁੰਚ ਗਏ ਸੇ ਸਖੀ ਸਰਵਰ ਇੱਥੇ ਇੱਕ ਦੋਸਤ ਨਾਲ ਰਾਬਤਾ ਹੈ ਜਿਹਨੂੰ ਆਈ ਉਹੀ ਅੰਦਾ ਪਿਆ ਉਹਦੀ ਮੈਂ ਇੰਤਜ਼ਾਰ ਹੈ ਖੜਾ ਅਤੇ ਉਹਦੇ ਨਾਲ ਵੀ ਮਿਲਦੇ ਸੇ ਉਸਤਾਦ ਸ਼ੀਦੇ ਕਨੇ ਆਏ ਸੀ ਅਸਾਂ ਗਿਆ ਸਾਰਾ ਮੋਟਰਸਾਈਕਲ ਧੋ ਯਾਰ ਬਹੁ ਕੋਝਾ ਚਾਲ ਸਾਗੂ ਮਿਲ ਗਏ ਐਡਮੋਰ ਪੰਪ ਦੇ ਉੱਤੇ ਪਿਆਰੇ ਦੋਸਤ ਸੈਫ ਭਾਈ ਹਨ ਸਾਹਿਲ ਟੀ ਵੀ ਇਹਨਾਂ ਦਾ ਚੈਨਲ ਹੈ ਮਾਸ਼ਾ ਅੱਲਾ ਅਤੇ ਕਾਫੀ ਵੀਡੀਓ ਵੀ ਮੇਰੀਆਂ ਇਹਨਾਂ ਦੇ ਇਕੱਠੇ ਹਨ ਪਿਆ ਅੱਜ ਇਹਨਾਂ ਸਾਗੂ ਸਖ ਸਰਵਰ ਦੇ ਵਿੱਚ ਸਰਵਾਏ ਪੱਤਾ ਕੋਈ ਨਹੀਂ ਕਿਆ ਗੱਲ ਬਾਤ ਹੈ ਕਿਆ ਕਰਨਾ ਕਿਆ ਮਾਹੌਲ ਬਣਾਉਣਾ ਜਿਹੜਾ ਮਾਹੌਲ ਵੀ ਉਸ ਇਹਦੇ ਨਾਲ ਉਸੀ ਤੇ ਤੇਰੇ ਨਾਲ ਉਸੀ ਦੇ ਹਾਲ ਸਾਹਿਬ ਬਾਈ ਯਾਰ ਮੈਂ ਕੋ ਤੈ ਕੋ ਨਾ ਸਰਵਾਇ ਮੀ ਇੱਕ ਮਕਸਦ ਆ ਸਰਵਾਉਣ ਦਾ ਆਇਆ ਤੇਰੇ ਜਿਹੜੇ ਵਿਊਅਰਸ ਹਨ ਨਾ ਉਹਨੇ ਕੋ ਇੱਕ ਤੇਰੇ ਬਾਰੇ ਨਾ ਮੈਂ ਉਹਨੇ ਕੋ ਇੱਕ ਮੈਸੇਜ ਦੇਣਾ ਠੀਕ ਕਿਉਂਕਿ ਪਿਛਲੇ ਚਾਰ ਇਹ ਮੈਸੇਜ ਚਾਹ ਪੀ ਕੇ ਨੇ ਦੇਣੇ ਪਿਛੇ ਚਾਰ ਕੇ ਪੰਜ ਸਾਲ ਦੀ ਗਨ ਮੈਂ ਤੈ ਕੋ ਜਾਣਦਾ ਸਾਰੇ ਜਾਣਦੇ ਨੇ ਚੈਨਲ ਤੇ ਵੀ ਵੀਡੀਓ ਮੌਜੂਦ ਹਨ ਪਿੱਛੋਂ ਵੰਜ ਕੇ ਦੇਖਣ ਇੱਕ ਮੇਨ ਗੱਲ ਕਰਨੀ ਹੈ ਲੇਕਿਨ ਵੀਡੀਓ ਦੇ ਆਖਿਰ ਵਿੱਚ ਕਰੇ ਸਾਂ ਇਹਦਾ ਸ਼ੋਰ ਹੈ ਉੱਥਾਂ ਬਹਿ ਕੇ ਜੋ ਕਰੇ ਜ਼ਰੂਰ ਕਰੇ ਸੋ ਬਾਅਦ ਵਿੱਚ ਕਰੇ ਸੋ ਆਖਿਰ ਵਿੱਚ ਕਰੇ ਸੋ ਸਲਵਾਵਾਂ ਦਾ ਮਕਸਦ ਸਿਰ ਵੇਖਾ ਬਸ ਚੱਲੋ ਪਿੱਛੇ ਜੁਲੂ ਦੀ ਸ਼ੋਰ ਕਰੇ ਨਿਕਲ ਅੱਜ ਲੋ ਚਾਹ ਪੀਉ ਐਡਮੋਰ ਦੀ ਚਾਹ ਬਹੁ ਮਸ਼ਹੂਰ ਹੈ ਸਖੀ ਸਰਵਰ ਦੀ ਕਿਉਂਕਿ ਫੋਰਟ ਮੰਡਰੂ ਆਂਦੇ ਵੇਂ ਤੁਸੀਂ ਚਾਹ ਪੀਤੀ ਹੋ ਕੋਈ ਦੋਸਤ ਚਾਹ ਪੀਮਣੀ ਹੋਵੇ ਤੇਰੇ ਰੈਫਰੈਂਸ ਨਾਲ ਉਹ ਮੈਂ ਪਿਲਵਾ ਗਿਆ ਸਮਝ ਮੁਹੱਬਤ ਇੱਕ ਤਾਰੇ ਕੱਟੇ ਜਿਹੜੀ ਕਾਰ ਨਾਲ ਅਸਾਂ ਵੀਡੀਓ ਬੜਾਈਏ ਜਿੱਥਾ ਤੂੰ ਤੇ ਆਵੇਂ ਪਾਗਲ ਭਈ ਜਾਨੋ ਕਾਰ ਉਹ ਖੜੀ ਹੈ ਅੱਜਾਂ ਤੱਕ ਉਹ ਖੜੀ ਹੈ ਤਈ ਅੱਜਾਂ ਤੱਕ ਨਹੀਂ ਚੱਲੀ ਦੇ ਪਿਓ ਅੱਛਾ ਵਲਾ ਇਹ ਵੱਡੀ ਗੱਲ ਹੈ ਰੋਡ ਦੀ ਉਹ ਵੀ ਕੰਦੀ ਤੇ ਖੀਲ ਗਈ ਨਹੀਂ ਸਰ ਮੈਂ ਕਿ ਕਾਰ ਕੋ ਦੇਖ ਤੇ ਮੈਂ ਕੋ ਤੇਰੀ ਯਾਦ ਆਉਂਦੀ ਹੈ ਜੇਰ ਲੈ ਟੱਪ ਦੀ ਹਾਂ ਮੈਂ ਕਿ ਤੂੰ ਕਾਰ ਤੇ ਤੂੰ ਨਵੇਂ ਚੜਿਆ ਕਈ ਮੇਰੇ ਮੱਥੜ ਤੱਲੇ ਆ ਵਣੇ ਹਾਂ ਤੱਲੇ ਆਉਂ ਤੇ ਵੀ ਗੱਲ ਹੈ ਤੇ ਨਾਲ ਰਲਿਉਂ ਤੇ ਮਾਸ਼ਾਅੱਲਾ ਆਈਫੋਨ ਚਾਹੀ ਵਦੂ 125 ਤੇ ਚੜੇ ਵਦੂ ਤੇ ਜਾ ਮਿਹਰਬਾਨੀ ਹਨ ਸਰ ਯਾਰ ਮੈਂ ਰੋਲ ਗਿਆ ਤੁਸਾਂ ਆਈਫੋਨ ਹੋਣ ਹੈਗੀ ਤੇ ਮੈਂ ਜਾਣ ਮੇਰੇ ਕੱਟੇ ਜੇਰਾ ਰਲੇ ਉਹ ਸੁਧਰੇ ਲੇਕਿਨ ਤੈ ਕੋ ਸੁਧਰਨ ਦਾ ਮੌਕਾ ਨਹੀਂ ਸੀ ਦਿੱਤਾ ਯਾਰ ਜੇਰਾ ਮੇਰੇ ਕੱਟੇ ਰਲਦੇ ਉਹ ਸੁਧਰਿਆ ਵੇਂਦੇ ਮੈਂ ਕੋ ਸੁਧਰਨ ਉਹ ਨਹੀਂ ਦੇਣਾ ਇਹ ਹੁਣ ਦੋਸਤ ਦੱਸੇ ਸਨ ਵੀ ਮੋਰ ਪੰਪ ਤੇ ਗਏ ਸੇ ਖੀਰ ਕਹਿਣਾ ਚਾਹ ਕੈਂਸੇ ਪੀਤੀ ਹੁਣ ਵਾਲਾ ਬੇ ਹੋਟਲ ਤੇ ਵੱਲੇ ਮੈਨੂੰ ਐਡ ਮੋਰ ਪੰਪ ਵਾਲੇ ਤੇ ਚਾਹ ਮੋਟਰਸਾਈਕਲ ਲੱਗਦੇ ਹੁਣ ਮੈਂ ਡਰਾਈਵਿੰਗ ਕਰਨਾ ਇੱਥੋਂ ਬੰਦ ਕਰਾਂਦੇ ਪਿਓ ਅੱਗੋ ਜੁਲਕ ਕਰਾਂਦੇ ਦੋਸਤੇ ਨਾਲ ਗਾਲ ਚਲੋ ਠੀਕ ਡਨ ਦੀ ਗਿਆ ਜਾਂ ਡਾ ਵੀਲਰ ਦੇ ਤੱਲੇ ਨਾ ਆਵੂੰ ਅੱਲਾ ਖੈਰ ਕਰੇ ਜੀ ਕਈ ਜਾਂ ਦੋਈ ਹਨ ਤੇ ਕਈ ਜਾਂ ਬਾਦ ਦੋਈ ਹਨ ਉਹਨੇ ਕੋ ਵੀ ਦੇਖਣੇ ਜ਼ਿਆਦਾਤਰ ਬਾਦ ਦੋਈ ਹਨ ਸਖੀ ਸਰਵਰ ਦੀ ਵੀਡੀਓ ਬਣਾਉਣ ਜੋ ਆਇਆ ਵਦੇ ਨਾ ਭਾਈ ਜਾਨ ਜੀ ਲੇਕਿਨ ਹੁਣ ਸਖੀ ਸਰਵਰ ਦੇ ਮੁਤਾਲਕ ਮਾਲੂਮਾਤ ਦੇਣੀ ਚਾਹੀਏ ਬਈ ਸ਼ਹਿਰ ਦਾ ਜਿਹੜਾ ਇਬਤਦਾ ਥਿਆ ਕਿਵੇਂ ਥਿਆ ਇਹਦਾ ਮਸ਼ਹੂਰ ਜਹੀ ਕਿਹੜੇ ਹਨ ਈ ਇਲਾਕੇ ਕੋ ਸਖੀ ਸਰਵਰ ਕਿਉਂ ਆਖਿਆ ਵੰਦੇ ਸਖੀ ਸਰਵਰ ਕੇ ਪਹਿਲੇ ਇਹਦਾ ਕਿਆ ਨਾਮ ਫਾਈਨਲੀ ਦਰਬਾਰ ਹਜ਼ਰਤ ਸਖੀ ਸਰਵਰ ਦੇ ਸਾਹਮਣੇ ਪਹੁੰਚ ਗਏ ਸੇ
अंदरों भी जुलदे से ज्यारत भी करने से तो को भी ज्यारत करने से ज्यारत कर गिदी से ज्यारत करके नहीं हूँ बाहर आए खड़े से बाहर भी काफ़ी तादाद के लोग इतना आंदन मुस्लिम नॉन मुस्लिम लोग भी इतना आंदन संडे के बहुत सौ मुसलमान के अलावा हिंदू लोग भी इतना दरबार हजरत सखी सरवर के उत्ते हाजरी देंदन और अपने अकीदे के मुताबिक आंदन पाकिस्तान के मुख्तलिफ शहरें के लोग आंदन ज़्यादातर जो लोग आंदन पंजाब अपर पंजाब पूरा ही इतना आंदे जेरे वेले दरबार है हजरत सखी सरवर दा और शुरू थी ने हजरत सखी सरवर दे आवण कने पहले ई शहर दा पुराना ना क्या ई शहर दा पुराना ना मुकाम हा मुकाम इने मुल्क है कने लोग जेरे काफले दी सूरत दे विच आंदे हन ओ इयो रास्ता ही यूज करंदे हन इथे ही आके ओ स्टे करंदे हन ही वजह कने हैं तो आपको दिखाते हैं ये कौन सी जगह है मुझे यही यकीन है कि जो बंदा सखी सरवर आया है तो उसने ये जगह ज़रूर देखी होगी। मैं अब चलता हूँ आपको वो जगह दिखाता हूँ ये कौन सी है। अगर आप इस जगह पे आए हैं तो कमेंट्स भी ज़रूर करना। मुझे तो यकीन है कि आप सब आए होंगे। तो ये देखें सामने सामने देखें बिल्कुल सामने आपको नज़र आ रहा होगा ये कौन सी जगह है। अगर आपको नहीं याद आ रहा तो मैं आपको बता ही देता हूँ ये है चिल्ला गा हज़रत सखी सरवर रहमतुल्लाह अलैह। तो यहाँ पे मेरे ख़्याल में जितने भी पंजाबी आते हैं उर्स पर तो इस एरिए पे तो वो चक्कर ज़रूर लगाते हैं क्योंकि ये पहाड़ी इलाका है। फिर यहाँ पे जब बारिश में जब पानी गुजरता है ना नदी का उसके तो दिलकश मनाजिर कुछ भी है। इतों के जड़े लोग हैं बहु मुहब्बत करने प्यार कराने वाले लोग हैं। अल्लाह पाक इन्हें लोगों को सलामत रखे। पिछले वीडियो च आख चुका हूं हां वीडियो आज भी आख चुका हूं आधा भरा चैनल है सैफ टीवी को भी जरूर सब्सक्राइब करे सो सपोर्ट करे सो अमर का आज दी वीडियो दा इथे ही एंड करने पैसे जिन्हें दोस्तों को वीडियो सारी पसंद होवे तो सारे यूट्यूब चैनल गफार बुगलानी को जरूर सब्सक्राइब करे सो यार। मैं आज ही गुजारिश करना पे ना फेसबुक वाले दोस्तों ने जरे फेसबुक पेज दे उते बैठ के मेरी वीडियोस दे देन और शेयर कर देन अच्छे अच्छे कमेंट कर देन उन्हें कने इया गुजारिश है बार बार ही गुजारिश होंगी है कि यार यूट्यूब के उत्ते तशरीफ गिनाओ फेसबुक के उत्ते ऐसा दूर ही मर रहा है कि चार ही मरने बाद वीडियो अपलोड करने से लेकिन टक अपना यूट्यूब के उत्ते डेली वीडियो अपलोड करना मैं डेली तो तुम दोस्तों डिठी करो यार मुहब्बत मंडिया करो। अगर वीडियो सारी पसंद आए तो नाल ही मैं हक हमसाए नाल दोस्तों नाल भी शेयर कर छोड़िया करो यार मुहब्बत होंगे यार वीडियो को डिठा करो जितना थी सके। शुक्रिया दोस्तों मौला तो सलामत रखे बस।